ਓਸ਼ੋ ਦੇ ਲੈਕਚਰ ਸਵਾਲ ਹੈ ਦੁੱਖ ਦੇ ਬਾਰੇ ਜਦੋਂ ਤੁਸੀਂ ਬੋਲਦੇ ਹੋ ਤਦ ਮੈਨੂੰ ਤੇ ਹੋਰ ਕਈਆਂ ਨੂੰ ਵੀ ਅਜਿਹਾ ਲੱਗਦਾ ਹੈ ਕਿ ਇਹ ਤਾਂ ਮੇਰੇ ਜੀਵਨ ਦਾ ਦੁੱਖ ਹੈ ਭਗਵਾਨ ਨੇ ਕਿਵੇਂ ਜਾਣ ਲਿਆ ਨਾਲ ਹੀ ਮਨ ਚ ਉੱਠਣ ਵਾਲੇ ਅਨੇਕਾਂ ਸੰਦੇਹਾਂ ਤੇ ਸਵਾਲਾਂ ਦਾ ਸਮਾਧਾਨ ਵੀ ਆਪ ਹੀ ਆਪ ਪਰਵਚਨ ਤੋਂ ਮਿਲ ਜਾਂਦਾ ਹੈ ਕਿਰਪਾ ਕਰਕੇ ਦੱਸੋ ਕਿ ਦਾ ਰਾਜ਼ ਕੀ ਹੈ ਪਹਿਲੀ ਗੱਲ ਤੁਹਾਡਾ ਦੁੱਖ ਤੇ ਦੂਜੇ ਦਾ ਦੁੱਖ ਵੱਖਰਾ-ਵੱਖਰਾ ਨਹੀਂ ਹੈ। ਮਨੁੱਖ ਮਾਤਰ ਦਾ ਦੁੱਖ ਇੱਕ ਹੈ। ਥੋੜੀ ਮਿਕਦਾਰ ਦੇ ਭੇਦ ਹੋਣਗੇ। ਥੋੜੇ ਬਹੁਤ ਰੰਗ ਆਕਾਰ ਦੇ ਭੇਦ ਹੋਣਗੇ। ਲੇਕਿਨ ਦੁੱਖ ਦਾ ਸੁਭਾਅ ਇੱਕ ਹੈ। ਇਸ ਲਈ ਜਦ ਮੈਂ ਦੁੱਖ ਦੇ ਸਬੰਧ ਵਿੱਚ ਬੋਲਦਾ ਤੁਸੀਂ ਸਮਝੋਗੇ ਤਾਂ ਜ਼ਰੂਰ ਲੱਗੇਗਾ ਕਿ ਤੁਹਾਡੇ ਹੀ ਦੁੱਖ ਦੇ ਸਬੰਧ ਵਿੱਚ ਬੋਲ ਰਿਹਾ ਹਾਂ। ਤੁਹਾਡੇ ਦੁੱਖ ਦੇ ਸਬੰਧ ਵਿੱਚ ਬੋਲ ਨਹੀਂ ਰਿਹਾ ਹਾਂ ਦੁੱਖ ਦੇ ਸਬੰਧ ਵਿੱਚ ਬੋਲ ਰਿਹਾ ਹਾਂ ਦੁੱਖ ਦਾ ਸੁਭਾਅ ਇੱਕ ਹੈ ਉਹ ਤੁਹਾਡਾ ਹੋਵੇ ਕਿ ਗਵੰਡੀ ਦਾ ਹੋਵੇ ਕਿ ਕਿਸੇ ਹੋਰ ਦਾ ਹੋਵੇ ਅਤੀਤ ਦੇ ਕਿੰਨਾ ਮਨੁੱਖਾਂ ਦਾ ਹੋਵੇ ਜੰਮ ਵਿਖਦੇ ਮਨੁੱਖਾਂ ਦਾ ਹੋਵੇ ਇੱਕ ਹੀ ਹੈ ਦੁੱਖ ਦਾ ਸੁਭਾਅ ਇੱਕ ਹੈ ਅਜੇ ਆ ਸਮਝੋ ਕਿ ਕੋਈ ਆਦਮੀ ਅੰਗਾਰੇ ਨਾਲ ਸੜ ਗਿਆ ਕੋਈ ਆਦਮੀ ਦੀਵਾ ਜਲਾਉਂਦੇ ਹੋਏ ਜਲ ਗਿਆ ਕੋਈ ਆਦਮੀ ਚਕਮਕ ਪਾੜ ਰਿਆ ਸੀ ਤੇ ਜਲ ਗਿਆ ਜਲਨ ਤਾਂ ਹੀ ਕੀ ਹੋਏਗੀ ਚਕਮਕ ਵੱਖਰਾ ਹੈ ਚਿਰਾਗ ਵੱਖਰਾ ਹੈ ਅੰਗਿਆਰਾ ਵੱਖਰਾ ਹੈ ਪਰ ਹੱਥ ਵਿੱਚ ਜੋ ਅੱਗ ਦੀ ਜਲਨ ਹੁੰਦੀ ਹੈ ਉਹਦਾ ਹੀ ਕਹਿ ਮੈਂ ਜਲਨ ਦੇ ਸੰਬੰਧ ਵਿੱਚ ਬੋਲ ਰਿਹਾ ਹਾਂ ਚਕਮਕ ਇੱਕ ਪੱਥਰ ਜਿਹਨੂੰ ਰਗੜੋ ਤਾਂ ਅੱਗ ਪੈਦਾ ਹੁੰਦੀ ਹੈ ਚਕਮਕ ਦੇ ਸਬੰਧ ਵਿੱਚ ਕੀ ਬੋਲਣਾ ਕਿੱਥੇ ਤੁਸੀਂ ਜਲੇ ਇਸ ਨਾਲ ਕੀ ਲੈਣਾ ਦੇਣਾ ਹੈ ਕਿਵੇਂ ਤੁਸੀਂ ਜਲੇ ਇਸ ਨਾਲ ਕੀ ਮਤਲਬ ਹੈ ਤੁਹਾਡੀ ਜਲਨ ਜਲਨ ਦੇ ਸ਼ੁੱਧ ਸੁਭਾਅ ਦੇ ਸਬੰਧ ਵਿੱਚ ਬੋਲ ਰਹੀ ਹਾਂ ਇਸ ਲਈ ਸਾਰਿਆਂ ਨੂੰ ਲੱਗੇਗਾ ਕਿ ਉਸ ਦੇ ਹੀ ਦੁੱਖ ਦੇ ਸਬੰਧ ਵਿੱਚ ਬੋਲ ਰਹੀ ਹਾਂ ਇਸ ਨਾਲ ਤੁਸੀਂ ਭਰਮ ਵਿੱਚ ਨਾ ਪੈਣਾ ਕਿ ਮੈਂ ਤੁਹਾਡੇ ਦੁੱਖ ਦੇ ਸਬੰਧ ਵਿੱਚ ਬੋਲ ਰਿਹਾ ਹਾਂ ਕਿਉਂਕਿ ਹੰਕਾਰ ਬਹੁਤ ਬਰੀਕ ਹੈ ਉਸ ਵਿੱਚ ਹੀ ਮਜ਼ਾ ਲੈਂਦਾ ਹੈ ਕਿ ਵੇਖੋ ਮੇਰੇ ਹੀ ਦੁੱਖ ਦੇ ਸਬੰਧ ਵਿੱਚ ਬੋਲ ਰਹੀ ਹਾਂ ਤੁਹਾਡੇ ਦੁੱਖ ਨਾਲ ਕੀ ਲੈਣਾ ਦੇਣਾ ਤੁਹਾਡਾ ਮੈਨੂੰ ਪਤਾ ਹੀ ਕਿੱਥੇ ਹੈ ਦੁੱਖ ਦੇ ਸਬੰਧ ਵਿੱਚ ਬੋਲ ਰਿਹਾ ਹਾਂ ਲੇਕਿਨ ਤੁਸੀਂ ਵੀ ਦੁੱਖ ਜਾਣਿਆ ਸਭ ਨੇ ਦੁੱਖ ਜਾਣਿਆ ਜਦ ਤੁਸੀਂ ਆਨੰਦ ਜਾਣੋਗੇ ਤਦ ਜੋ ਮੈਂ ਆਨੰਦ ਦੇ ਸਬੰਧ ਵਿੱਚ ਬੋਲ ਰਿਹਾ ਹਾਂ ਉਹ ਵੀ ਅਜੇ ਆ ਹੀ ਲੱਗੇਗਾ ਕਿ ਤੁਹਾਡੇ ਆਨੰਦ ਦੇ ਸਬੰਧ ਵਿੱਚ ਬੋਲ ਰਿਹਾ ਹਾਂ ਤੁਸੀਂ ਤਾਂ ਕੇਵਲ ਨਿਮਿਤ ਮਾਤਰ ਹੋ ਜਿੱਥੇ ਕਟਨਾਵਾਂ ਘਟਦੀਆਂ ਹਨ ਉਹਨਾਂ ਕਟਨਾਵਾਂ ਦਾ ਕੀ ਸੁਭਾਅ ਹੈ ਜੇਕਰ ਮੈਂ ਇੱਕ ਇੱਕ ਵਿਅਕਤੀ ਦੇ ਦੁੱਖ ਦੇ ਸਬੰਧ ਵਿੱਚ ਬੋਲਾਂ ਤਾਂ ਤਾਂ ਬੜੀ ਮੁਸ਼ਕਲ ਹੋ ਜਾਏਗੀ ਤਾਂ ਤਾਂ ਵਿਸਥਾਰ अनंत ਹੋਏਗਾ ਸਾਰਿਆਂ ਦੇ ਹਿਰਦੇ ਤੱਕ ਪੁੱਜ ਸਕਣਾ ਨਾ ਮੁਮਕਿਨ ਹੋਏਗਾ ਦੁੱਖ ਦੇ ਸਬੰਧ ਵਿੱਚ ਬੋਲਦਾ ਹਾਂ ਬਸ ਸਾਰਿਆਂ ਦੇ ਹਿਰਦਿਆਂ ਤੱਕ ਪੁੱਜ ਜਾਣਾ ਅਜੇ ਆ ਸਮਝੋ ਕਿ ਮੈਂ ਸਾਗਰ ਦੇ ਸਬੰਧ ਵਿੱਚ ਬੋਲ ਰਿਹਾ ਹਾਂ ਹਿੰਦ ਮਹਾਸਾਗਰ ਨੇ ਸੁਣਿਆ ਪ੍ਰਸ਼ਾਂਤ ਮਹਾਸਾਗਰ ਨੇ ਸੁਣਿਆ ਕਿ ਅਰਬ ਮਹਾਸਾਗਰ ਨੇ ਸੁਣਿਆ ਕਿ ਐਟਲੈਂਟਿਕ ਮਹਾਸਾਗਰ ਨੇ ਸੁਣਿਆ ਕੀ ਫਰਕ ਪੈਗਾ ਮੈਂ ਜੇਕਰ ਕਿਹਾ ਕਿ ਸਾਗਰ ਦਾ ਪਾਣੀ ਖਾਰਾ ਹੈ ਉਹ ਸਾਰੇ ਸਮਝਣਗੇ ਕਿ ਮੇਰੇ ਸਬੰਧ ਵਿੱਚ ਬੋਲ ਰਹੇ ਹਨ ਸਾਰੇ ਸਾਗਰਾਂ ਦਾ ਪਾਣੀ ਖਾਰਾ ਹੈ ਇਹ ਹੀ ਤਾਂ ਤੁਹਾਨੂੰ ਸਮਝਣਾ ਹੈ ਕਿ ਤੁਹਾਡਾ ਦੁੱਖ ਤੇ ਗਵਾਂਡੀ ਦਾ ਦੁੱਖ ਵੱਖ-ਵੱਖ ਨਹੀਂ ਹੈ ਤੁਸੀਂ ਮਨੁੱਖੋ ਤੁਹਾਡੇ ਹੋਣ ਦੇ ਢੰਗ ਵਿੱਚ ਥੋੜੇ ਬਹੁਤ ਭੇਦ ਹੋਣਗੇ ਲੇਕਿਨ ਤੁਹਾਡੀ ਅੰਤ ਸੱਤਾ ਤਾਂ ਇੱਕ ਹੈ ਤੁਹਾਡੇ ਵੇੜੇ ਵਿੱਚ ਜਿਹੜਾ ਆਕਾਸ਼ ਸਮਾਇਆ ਹੈ ਉਹੀ ਤੁਹਾਡੇ ਗਵਾਂਢੀ ਦੇ ਵੇੜੇ ਵਿੱਚ ਵੀ ਸਮਾਇਆ ਹੈ ਤੁਹਾਡਾ ਵੇੜਾ ਤਿਰਛਾ ਹੋਏਗਾ ਤੁਹਾਡੇ ਵੇੜੇ ਵਿੱਚ ਸਧਾਰਨ ਗਰੀਬ ਆਦਮੀ ਦੀ ਮਿੱਟੀ ਦੀ ਕੰਧ ਹੋਏਗੀ ਗਵਾਂਢੀ ਦਾ ਵੇੜਾ ਕੀਮਤੀ ਹੋਏਗਾ ਸੰਗ ਮਰਮਰ ਜੜਿਆ ਹੋਏਗਾ ਪਰ ਆਕਾਸ਼ ਤੁਹਾਡੀ ਮਿੱਟੀ ਦੇ ਵੇੜੇ ਵਿੱਚ ਵੀ ਉਹੀ ਹੈ ਸੰਗ ਮਰਮਰ ਦੇ ਵੇੜੇ ਵਿੱਚ ਵੀ ਉਹੀ ਹੈ ਮੈਂ ਆਕਾਸ਼ ਦੇ ਸੰਬੰਧ ਵਿੱਚ ਬੋਲ ਰਹੀ ਹਾਂ ਤੁਹਾਡੇ ਵਿਰੇ ਦੇ ਸਬੰਧ ਵਿੱਚ ਨਹੀਂ ਇਸ ਲਈ ਤੁਹਾਨੂੰ ਸੁਭਾਵਕ ਲੱਗੇਗਾ ਇਸ ਵਿੱਚ ਰਾਜ਼ ਕੁਝ ਵੀ ਨਹੀਂ ਹੈ ਸਿੱਧਾ ਹਿਸਾਬ ਹੈ ਹੋਰ ਹਾਲਾਂਕਿ ਮੈਂ ਸ਼ੂਨ્ય ਵਿੱਚ ਨਹੀਂ ਬੋਲ ਰਿਹਾ ਮੈਂ ਤੁਹਾਡੇ ਨਾਲ ਬੋਲ ਰਿਹਾ ਤੁਹਾਡੀ ਡੂੰਗੀ ਮਨੁੱਖਤਾ ਨਾਲ ਬੋਲ ਰਿਹਾ ਇਸ ਲਈ ਮੇਰਾ ਜਿਨ੍ਹਾਂ ਨੂੰ ਮੈਂ ਮੈਟਾਫਿਜ਼ੀਕਲ ਪਰ ਲੋਕਿਕ ਵਿਸ਼ੇ ਕਿਹਾ ਜਾਏ ਉਨ੍ਹਾਂ ਵਿੱਚ ਮੇਰਾ ਕੋਈ ਰਸ ਨਹੀਂ ਹੈ ਉਹ ਫਜ਼ੂਲ ਦੀ ਬਕਵਾਸ ਹੈ ਮੈਂ ਤਾਂ ਮਨੋਵਿਗਿਆਨਕ ਸత్యਾਂ ਉੱਤੇ ਬੋਲ ਰਿਹਾ ਹਾਂ ਮੈਂ ਤਾਂ ਤੁਹਾਡੇ ਸਬੰਧ ਵਿੱਚ ਬੋਲ ਰਿਹਾ ਹਾਂ ਤਾਂ ਕਿ ਤੁਸੀਂ ਜਿੱਥੇ ਹੋ ਉੱਥੋਂ ਹੀ ਯਾਤਰਾ ਸ਼ੁਰੂ ਹੋ ਸਕੇ ਮੈਨੂੰ ਫਿਕਰ ਨਹੀਂ ਕਿ ਪਰਮਾਤਮਾ ਨੇ ਸੰਸਾਰ ਬਣਾਇਆ ਹੈ ਕਿ ਨਹੀਂ ਬਣਾਇਆ ਕਿ ਕਿਸ ਤਾਰੀਖ ਨੂੰ ਬਣਾਇਆ ਕਿਸ ਦਿਨ ਬਣਾਇਆ ਕਿ ਹਿੰਦੂਆਂ ਦੇ ਢੰਗ ਨਾਲ ਬਣਾਇਆ ਕਿ ਮੁਸਲਮਾਨਾਂ ਦੇ ਢੰਗ ਨਾਲ ਬਣਾਇਆ ਹੈ ਇਹ ਸਭ ਬਕਵਾਸ ਹੈ ਇਸ ਵਿੱਚ ਕੋਈ ਅਰਥ ਨਹੀਂ ਹੈ ਮੈਂ ਕੋਈ ਪਾਗਲ ਨਹੀਂ ਹਾਂ ਮੇਰੀ ਦ੍ਰਿਸ਼ਟੀ ਵਿੱਚ ਸਾਰੇ ਦਾਰਸ਼ਨਿਕ ਪਾਗਲ ਹਨ ਉਹ ਜੋ ਬੋਲ ਰਹੇ ਹਨ ਉਹਦਾ ਕੋਈ ਮੁੱਲ ਨਹੀਂ ਹੈ ਕੋਈ ਅਰਥ ਨਹੀਂ ਹੈ ਤੁਸੀਂ ਦੁਖੀ ਹੋ ਇਹ ਸੱਤਿ ਹੈ ਤੁਸੀਂ ਹਿੰਦੂ ਹੋ ਤਾਂ ਦੁਖੀ ਹੋ ਮੁਸਲਮਾਨ ਹੋ ਤਾਂ ਦੁਖੀ ਹੋ ਤੁਸੀਂ ਮੰਨਦੇ ਹੋ ਕਿ ਈਸ਼ਵਰ ਨੇ ਸੰਸਾਰ ਬਣਾਇਆ ਤਾਂ ਦੁਖੀ ਹੋ ਤੁਸੀਂ ਮੰਨਦੇ ਹੋਗੇ ਈਸ਼ਵਰ ਨੇ ਸੰਸਾਰ ਨਹੀਂ ਬਣਾਇਆ ਈਸ਼ਵਰ ਹੈ ਹੀ ਨਹੀਂ ਤਾਂ ਵੀ ਦੁਖੀ ਹੋ ਤੁਹਾਡੇ ਦੁੱਖ ਨੂੰ ਮਿਟਾਉਣਾ ਹੈ ਤੇ ਮੇਰੇ ਅਨੁਭਵ ਵਿੱਚ ਅਜਿਆ ਹੈ ਕਿ ਜਦ ਤੁਹਾਡਾ ਦੁੱਖ ਮਿਟ ਜਾਏਗਾ ਤਾਂ ਜੋ ਬਾਕੀ ਰਹਿ ਜਾਂਦਾ ਹੈ ਉਹੀ ਪਰਮਾਤਮਾ ਹੈ ਪਰਮਾਤਮਾ ਕੋਈ ਧਾਰਨਾ ਨਹੀਂ ਹੈ ਧਾਰਨਾ ਸ਼ੋਨ્ય ਚਿੱਤ ਦਾ ਅਨੁਭਵ ਹੈ परमात्मा कोई सिद्धांत नहीं है कि जिन्नु सिद्ध करना है परमात्मा एक प्रतीति है आनंद दी परमानंदी अहो भाव दी ਤਾਂ ਦੋ ਗੱਲਾਂ ਹਨ ਇੱਕ ਤਾਂ ਵਿਅਕਤੀ ਵਿਕਤੀ ਨਾਲ ਕੀ ਲੈਣਾ ਦੇਣਾ ਹੈ ਸਾਰੇ ਵਿਅਕਤੀਆਂ ਦੇ ਅੰਦਰ ਜੋ ਇੱਕੋ ਜਿਹਾ ਹੈ ਉਸੇ ਦੇ ਸਬੰਧ ਵਿੱਚ ਬੋਲ ਰਿਹਾ ਹਾਂ ਹੋਰ ਕੋਸ਼ਿਸ਼ ਤੁਹਾਨੂੰ ਆਕਾਸ਼ ਦੇ ਸਿਧਾਂਤ ਸਮਝਾਉਣ ਦੀ ਨਹੀਂ ਹੈ ਧਰਤੀ ਉੱਤੇ ਜਿੱਥੇ ਤੁਸੀਂ ਖਲੋਤੇ ਹੋ ਜਿੱਥੋਂ ਤੁਹਾਡੀ ਯਾਤਰਾ ਸ਼ੁਰੂ ਹੋਏਗੀ ਉਸੇ ਸਬੰਧ ਵਿੱਚ ਬੋਲ ਰਿਹਾ ਹਾਂ ਇਸ ਲਈ ਸੁਭਾਵਿਕਤਾ ਜੇਕਰ ਤੁਸੀਂ ਮੈਨੂੰ ਸੁਣਿਆ ਹੈ ਤਾਂ ਤੁਹਾਨੂੰ ਅਜਿਹਾ ਹੀ ਲੱਗੇਗਾ ਕਿ ਤੁਹਾਡੇ ਹੀ ਸਬੰਧ ਵਿੱਚ ਬੋਲ ਰਿਹਾ ਹਾਂ ਬਿਲਕੁਲ ਤੁਹਾਡੇ ਲਈ ਬੋਲ ਰਿਹਾ ਹਾਂ ਇਹ ਠੀਕ ਵੀ ਹੈ ਲੱਗਣਾ ਲੇਕਿਨ ਇਸ ਕਾਰਨ ਹੰਕਾਰ ਨੂੰ ਨਾ ਖੜਾ ਕਰਨਾ ਨਹੀਂ ਤਾਂ ਤੁਹਾਨੂੰ ਲੱਗੇਗਾ ਕਿ ਮੈਂ ਤੁਹਾਨੂੰ ਕੋਈ ਵਿਸ਼ੇਸ਼ਤਾ ਦਿੱਤੀ। ਇੱਥੇ ਇੰਨੇ ਲੋਕ ਮੌਜੂਦ ਸਨ। ਮੈਂ ਤੁਹਾਡੇ ਦੁੱਖ ਦੇ ਸਬੰਧ ਵਿੱਚ ਬੋਲਦਾ ਰਿਹਾ। ਇਸ ਤਰ੍ਹਾਂ ਹੰਕਾਰ ਨੂੰ ਨਾ ਪਛਾ ਲੈਣਾ। ਨਹੀਂ ਤਾਂ ਦੁੱਖ ਕਦੀ ਵੀ ਨਹੀਂ ਮਿਟੇਗਾ। ਕਿਉਂਕਿ ਹੰਕਾਰ ਦੁੱਖ ਦੀ ਸੁਰੱਖਿਆ ਹੈ। ਧੰਨਵਾਦ ਅੱਜ ਇੰਨੇ